ਹੈਲੋ ਦੋਸਤੋ, ਕੰਪਿਊਟਰ ਨੌਲੇਜ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਟੌਪਿਕ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਫੰਕਸ਼ਨਲ ਕੀਜ਼ ਦੇ ਬਾਰੇ, ਜੋ ਕਿ ਸਾਡੇ ਕੀਬੋਰਡ ਦੇ ਉੱਪਰ ਪੂਰੀ 12 ਫੰਕਸ਼ਨਲ ਕੀਜ਼ ਹੁੰਦੀਆਂ ਨੇ। ਇਹਨਾਂ ਦੇ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਅਗਰ ਅਸੀਂ ਇੱਕ ਕੰਪਿਊਟਰ ਯੂਜ਼ਰ ਹਾਂ, ਕਿਉਂਕਿ ਇਸ ਦੇ ਵਿੱਚ ਕਾਫੀ ਸ਼ਾਰਟਕੱਟਸ ਹੁੰਦੇ ਆ। ਸੋ ਉਹਨਾਂ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ, ਕਿਉਂਕਿ ਇਹ ਕਾਫੀ ਇੰਪੋਰਟੈਂਟ ਹੁੰਦੇ ਆ। ਸੋ ਇਸ ਵੀਡੀਓ ਦੇ ਵਿੱਚ ਇਹ ਆਪਾਂ ਇਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਲੈਟਸ ਸਟਾਰਟ ਦ ਵੀਡੀਓ। ਸਭ ਤੋਂ ਪਹਿਲੀ ਵਾਲੀ ਜੋ ਫੰਕਸ਼ਨ ਕੀਆ ਹੋਏਗੀ F1, ਜਦੋਂ ਹੀ ਅਸੀਂ F1 ਨੂੰ ਪ੍ਰੈਸ ਕਰਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਡਿਸਪਲੇ ਦੇ ਉੱਪਰ ਇੱਕ ਹੈਲਪ ਵਾਲਾ ਡਾਇਲੋਗ ਬਾਕਸ ਓਪਨ ਹੋ ਜਾਂਦਾ ਹੈ। ਸੋ ਇਹਦੇ ਵਿੱਚ ਅਸੀਂ ਕੁਛ ਵੀ ਸਰਚ ਕਰ ਸਕਦੇ ਹਾਂ, ਅਗਰ ਕੋਈ ਐਪਲੀਕੇਸ਼ਨ, ਕੋਈ ਸੋਫਟਵੇਅਰ, ਗੇਮਿੰਗ ਵਗੈਰਾ ਕੁਛ ਵੀ ਅਸੀਂ ਜੋ ਵੀ ਇਹਦੇ ਵਿੱਚ ਸਰਚ ਕਰਨਾ ਚਾਹੁੰਦੇ ਹਾਂ ਅਸੀਂ ਇਹਦੇ ਵਿੱਚ ਸਰਚ ਕਰ ਸਕਦੇ ਹਾਂ, ਤਾਂ ਉਹਦੇ ਬਾਰੇ ਅਸੀਂ ਕੁਛ ਵੀ ਇੰਟਰੋਡਕਸ਼ਨ ਲੈ ਸਕਦੇ ਹਾਂ। ਸੋ ਇਹ ਸਾਡੇ ਲਈ ਕਾਫੀ ਹੈਲਪਫੁਲ ਹੁੰਦਾ ਹੈ। ਸੋ ਇਹਨੂੰ ਅਸੀਂ F1 ਦੇ ਨੂੰ ਪ੍ਰੈਸ ਕਰਕੇ ਅਸੀਂ ਓਪਨ ਕਰ ਸਕਦੇ ਹਾਂ। ਨੈਕਸਟ ਵਾਲੀ ਫੰਕਸ਼ਨ ਕੀ ਹੈਗੀ ਹੈ, ਉਹ ਹੈਗੀ F2। ਦੇਖੋ, F2 ਫੰਕਸ਼ਨ ਕੀ ਦੀ ਹੈਲਪ ਦੇ ਨਾਲ ਅਸੀਂ ਕਿਸੇ ਵੀ ਫੋਲਡਰ ਨੂੰ ਰੀਨੇਮ ਕਰ ਸਕਦੇ ਹਾਂ। ਅਗਰ ਅਸੀਂ ਕਿਸੇ ਵੀ ਫੋਲਡਰ ਨੂੰ ਰੀਨੇਮ ਕਰਨਾ ਹੋਵੇ ਤਾਂ ਅਸੀਂ ਮਾਊਸ ਦੀ ਹੈਲਪ ਦੇ ਨਾਲ ਅਸੀਂ ਰਾਈਟ ਕਲਿੱਕ ਕਰਾਂਗੇ, ਇੱਕ ਨੀਚੇ ਇੱਕ ਆਪਸ਼ਨ ਹੁੰਦੀ ਹੈ ਰੀਨੇਮ ਦੀ, ਤਾਂ ਉੱਥੋਂ ਅਸੀਂ ਕਿਸੇ ਵੀ ਫੋਲਡਰ ਨੂੰ ਰੀਨੇਮ ਕਰ ਸਕਦੇ ਹਾਂ। ਅਗਰ ਅਸੀਂ ਕਿਸੇ ਵੀ ਫੋਲਡਰ ਨੂੰ ਸਿਰਫ ਇੱਕ ਵਾਰ ਕਲਿੱਕ ਕਰ ਲਿਆ ਤਾਂ ਅਸੀਂ ਜਦੋਂ ਹੀ ਅਸੀਂ F2 ਨੂੰ ਪ੍ਰੈਸ ਕਰਤਾ ਤਾਂ ਉਸ ਤੋਂ ਬਾਅਦ ਇੱਕ ਰੀਨੇਮ ਵਾਲੀ ਆਪਸ਼ਨ ਉਹ ਆਪਣੇ ਆਪ ਓਪਨ ਹੋ ਜਾਂਦੀ ਹੈ, ਤਾਂ ਉੱਥੋਂ ਅਸੀਂ ਕਿਸੇ ਵੀ ਫੋਲਡਰ ਨੂੰ ਰੀਨੇਮ ਕਰ ਸਕਦੇ ਹਾਂ। ਨੈਕਸਟ ਵਾਲੀ ਜੋ ਫੰਕਸ਼ਨ ਕੀ ਆ ਹੋਏਗੀ F3। F3 ਵੀ ਅਸੀਂ ਸਰਚਿੰਗ ਦੇ ਲਈ ਯੂਜ਼ ਕਰ ਸਕਦੇ ਹਾਂ। ਜਦੋਂ ਹੀ ਅਸੀਂ F3 ਨੂੰ ਪ੍ਰੈਸ ਕਰਦੇ ਹਾਂ ਤਾਂ ਸਾਡੇ ਸਾਹਮਣੇ ਇੱਕ ਸਰਚ ਵਾਲਾ ਬਾਕਸ ਓਪਨ ਹੋ ਜਾਂਦਾ। ਅਸੀਂ ਇਸ ਨੂੰ ਵੈਬ ਬਰਾਊਜ਼ਰ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ, ਉੱਥੇ ਵੀ ਅਸੀਂ ਇਸ ਨੂੰ ਸਰਚਿੰਗ ਦੇ ਲਈ ਹੀ ਯੂਜ਼ ਕਰ ਸਕਦੇ ਹਾਂ। ਅਗਰ ਇਸ ਦੀ ਜੋ ਦੂਸਰੀ ਇਹਦੀ ਯੂਜ਼ਿੰਗ ਹੈ ਉਹ ਅਸੀਂ MS Word ਦੇ ਵਿੱਚ ਕਰ ਸਕਦੇ ਹਾਂ। ਅਗਰ ਅਸੀਂ MS Word ਦੇ ਵਿੱਚ ਲੋਅਰ ਕੇਸ ਦੇ ਵਿੱਚ ਕੋਈ ਵਰਡ ਲਿਖਿਆ ਹੋਇਆ ਹੈ, ਉਸਨੂੰ ਅਸੀਂ ਜਦੋਂ ਸਿਲੈਕਟ ਕਰਕੇ ਸ਼ਿਫਟ F3 ਨੂੰ ਪ੍ਰੈਸ ਕਰਦੇ ਹਾਂ ਤਾਂ ਉੱਥੋਂ ਅਸੀਂ ਜੋ ਵਰਡਸ ਨੇ ਉਸਨੂੰ ਕੈਪੀਟਲ ਜਾਂ ਫਿਰ ਅਪਰ ਕੇਸ ਦੇ ਵਿੱਚ ਲਿਖ ਸਕਦੇ ਹਾਂ। ਨੈਕਸਟ ਵਾਲੀ ਜੋ ਫੰਕਸ਼ਨ ਕੀਆ ਹੋਏਗੀ F4, F4 ਨੂੰ ਅਸੀਂ ਅਲਟਰ ਦੇ ਨਾਲ ਯੂਜ਼ ਕਰ ਸਕਦੇ ਹਾਂ। ਜਦੋਂ ਜੇਕਰ ਅਸੀਂ ਕਿਸੇ ਵੀ ਪੇਜ ਨੂੰ ਕਲੋਜ਼ ਕਰਨਾ ਹੋਵੇ, ਅਗਰ ਅਸੀਂ ਕੋਈ ਵੀ ਪੇਜ ਓਪਨ ਕੀਤਾ ਹੋਇਆ ਜਾਂ ਫਿਰ ਅਸੀਂ ਕੋਈ ਵੈਬ ਬਰਾਊਜ਼ਰ ਨੂੰ ਓਪਨ ਕੀਤਾ ਹੋਇਆ, ਅਗਰ ਅਸੀਂ ਇਸ ਨੂੰ ਸ਼ਾਰਟਕੱਟ ਦੇ ਤਰੀਕੇ ਦੇ ਨਾਲ ਉਸਨੂੰ ਅਸੀਂ ਕਲੋਜ਼ ਕਰਨਾ ਹੋਵੇ ਤਾਂ ਅਸੀਂ ਅਲਟਰ F4 ਦੇ ਨਾਲ ਉਸ ਪੇਜ ਨੂੰ ਕਲੋਜ਼ ਕਰ ਸਕਦੇ ਹਾਂ। ਨੈਕਸਟ ਵਾਲੀ ਜੋ ਫੰਕਸ਼ਨ ਕੀ ਹੈ ਉਹ ਹੈਗੀ F5। F5 ਨੂੰ ਜ਼ਿਆਦਾਤਰ ਅਸੀਂ ਕੰਪਿਊਟਰ ਨੂੰ ਰੀਫਰੈਸ਼ ਕਰਨ ਦੇ ਲਈ ਯੂਜ਼ ਕਰ ਸਕਦੇ ਹਾਂ। ਰੀਫਰੈਸ਼ ਅਸੀਂ ਮਾਊਸ ਦੀ ਹੈਲਪ ਦੇ ਨਾਲ ਵੀ ਕਰ ਸਕਦੇ ਹਾਂ, ਪਰ F5 ਦੇ ਨਾਲ ਜਦੋਂ ਹੀ ਅਸੀਂ ਡਿਸਪਲੇ 'ਤੇ F5 ਨੂੰ ਪ੍ਰੈਸ ਕਰਦੇ ਹਾਂ ਤਾਂ ਉੱਥੋਂ ਅਸੀਂ ਆਪਣੀ ਕੰਪਿਊਟਰ ਨੂੰ ਰੀਫਰੈਸ਼ ਕਰ ਸਕਦੇ ਹਾਂ। ਨੈਕਸਟ ਵਾਲੀ ਜੋ ਫੰਕਸ਼ਨ ਕੀਆ ਹੋਏਗੀ F6। F6 ਨੂੰ ਅਸੀਂ ਡਿਸਪਲੇ 'ਤੇ ਅਸੀਂ ਯੂਜ਼ ਨਹੀਂ ਕਰ ਸਕਦੇ, ਜ਼ਿਆਦਾਤਰ ਅਸੀਂ ਇਸ ਨੂੰ ਬਰਾਊਜ਼ਰ ਦੇ ਵਿੱਚ ਹੀ ਯੂਜ਼ ਕਰ ਸਕਦੇ। ਜਦੋਂ ਹੀ ਅਸੀਂ ਬਰਾਊਜ਼ਰ ਦੇ ਵਿੱਚ F6 ਨੂੰ ਪ੍ਰੈਸ ਕਰਦੇ ਹਾਂ ਤਾਂ ਇਹ URL ਜੋ ਬਾਕਸ ਹੁੰਦਾ ਉਹਦੇ ਵਿੱਚ ਇਹ ਜੰਪ ਕਰ ਜਾਂਦਾ, ਉੱਥੋਂ ਅਸੀਂ ਕੁਛ ਵੀ ਸਰਚ ਕਰ ਸਕਦੇ ਹਾਂ ਜਾਂ ਫਿਰ ਕੋਈ ਵੈਬਸਾਈਟ ਨੂੰ ਅਸੀਂ ਸਰਚ ਕਰ ਸਕਦੇ ਹਾਂ। ਨੈਕਸਟ ਵਾਲੀ ਜੋ ਫੰਕਸ਼ਨ ਕੀਆ ਹੋਏਗੀ F7। F7 ਨੂੰ ਜ਼ਿਆਦਾਤਰ ਅਸੀਂ MS Word ਦੇ ਵਿੱਚ ਯੂਜ਼ ਕਰ ਸਕਦੇ ਹਾਂ। ਅਗਰ ਅਸੀਂ MS Word ਦੇ ਵਿੱਚ ਕਿਸੇ ਵੀ ਸਪੈਲਿੰਗ ਨੂੰ ਚੈੱਕ ਕਰਨਾ ਹੋਵੇ ਤਾਂ ਅਸੀਂ F7 ਨੂੰ ਪ੍ਰੈਸ ਕਰਾਂਗੇ ਤਾਂ ਉੱਥੋਂ ਅਸੀਂ ਜੋ ਆਪਣੀ ਵਰਡਿੰਗ ਹੈ ਜਾਂ ਫਿਰ ਅਸੀਂ ਸਪੈਲਿੰਗ ਹੈ ਉੱਥੇ ਅਸੀਂ ਚੈੱਕ ਕਰ ਸਕਦੇ ਹਾਂ। ਨੈਕਸਟ ਵਾਲੀ ਫੰਕਸ਼ਨ ਕੀਆ ਹੋਏਗੀ F8। F8 ਨੂੰ ਵੀ ਅਸੀਂ ਜ਼ਿਆਦਾਤਰ MS Word ਦੇ ਵਿੱਚ ਯੂਜ਼ ਕਰ ਸਕਦੇ ਹਾਂ। ਜਦੋਂ ਵੀ ਅਸੀਂ F8 ਨੂੰ ਪ੍ਰੈਸ ਕਰਦੇ ਹਾਂ ਤਾਂ ਜੋ ਸਾਰੇ ਜੋ ਆਪਣੇ ਟੈਕਸਟ ਹੁੰਦੇ ਉਹ ਸਾਰੇ ਦੇ ਸਾਰੇ ਸਿਲੈਕਟ ਹੋ ਜਾਂਦੇ ਆ। ਨੈਕਸਟ ਵਾਲੀ ਜੋ ਫੰਕਸ਼ਨ ਕੀ ਹੋਏਗੀ F11। F11 ਨੂੰ ਜ਼ਿਆਦਾਤਰ ਅਸੀਂ ਵੈਬ ਬਰਾਊਜ਼ਰ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਅਗਰ ਅਸੀਂ ਆਪਣੇ ਵੈਬ ਬਰਾਊਜ਼ਰ ਨੂੰ ਪੂਰੀ ਫੁੱਲ ਸਕਰੀਨ ਉੱਪਰ ਪੂਰੀ ਡਿਸਪਲੇ ਦੇ ਉੱਪਰ ਓਪਨ ਕਰਨਾ ਹੋਵੇ ਤਾਂ ਅਸੀਂ F11 ਨੂੰ ਪ੍ਰੈਸ ਕਰਾਂਗੇ ਤਾਂ ਉਹ ਜੋ ਆਪਣਾ ਬਰਾਊਜ਼ਰ ਹੋਊਗਾ ਉਹ ਪੂਰੀ ਫੁੱਲ ਸਕਰੀਨ ਦੇ ਉੱਪਰ ਓਪਨ ਹੋ ਜਾਊਗਾ। ਨੈਕਸਟ ਵਾਲੀ ਜੋ ਫੰਕਸ਼ਨ ਕੀ ਹੋਏਗੀ F12। ਦੇਖੋ, F12 ਨੂੰ ਅਸੀਂ MS Word ਦੇ ਵਿੱਚ ਯੂਜ਼ ਕਰ ਸਕਦੇ ਹਾਂ। ਜੇਕਰ ਅਸੀਂ ਡਾਇਰੈਕਟ ਸੇਵ ਐਜ਼ ਕਰਨਾ ਹੋਵੇ ਤਾਂ ਅਸੀਂ ਡਾਇਰੈਕਟ F12 ਨੂੰ ਪ੍ਰੈਸ ਕਰਾਂਗੇ ਤਾਂ ਇੱਕ ਸੇਵ ਐਜ਼ ਦਾ ਇੱਕ ਡਾਇਲੋਗ ਬਾਕਸ ਸਾਡੇ ਸਾਹਮਣੇ ਆਊਗਾ ਤਾਂ ਉੱਥੇ ਅਸੀਂ ਕਿਸੇ ਵੀ ਫਾਈਲ ਨੂੰ ਸੇਵ ਐਜ਼ ਕਰ ਸਕਦੇ ਹਾਂ।